अठ दिन मारसा पैदा रही अठ दिन उदो खूह के जहर पाती नलकिया जहर पाती वे मुसलमान पानी पीन गए मरण गए कोई रोटी नहीं कोई पानी नहीं कोई किसी चीज का नहीं जो कुड़िया सन चंगी किसी दया वह भी चुक लै गए अच्छा जत्थे वाले कुड़िया भी लै गए कुड़िया भी चंगे चुक लै गए जत्था पै गया फिर अच्छा बीबिया कन्न कट लै गए गुट कट लै गए जो चूड़ा नहीं होंगे इतने तुड़ी भी चूड़ा पै बा मारिया गुट कटिया चूड़ा कट दिता अच्छा मतलब कि जेवर खोन वास्ते जत्थिया ने कन्न भी वढ़ छड़े बाहवा भी वढ़ छड़िया बीबिया साडा मुसलमानिया जोर सी ना सनौर सनौर से उन्हें चढ़ के उत्ते नारायण तकबीर नारायण सालार अच्छा मारे नारे चार फेरे मुसलमान बगा तक दौड़े भी पता नहीं की बन गया की हो गया नारे बच गए नारे बच गए जत्था पै गया जत्थे पै गए फिर एक अद्धा नहीं पता नहीं किन्नी सिखनी आ गई सी खावे बस फिर यह क्या कतल कर छड़िया जो अपने उत्ते टुट दिता है दूजा सुचा उन्होंने भी अपने उत्ते टुट दिता है हेठा रस पै फूसने चुक चुक थले जाते पे ने उत्ते मरे पे उत्ते मरे पे ਤੁਸੀਂ ਵੇਖਦੇ ਹੋ ਨਹੀਂ ਜੀ ਮੁੜਿਆ ਇੱਥੋਂ ਅੱਛਾ ਤੁਸੀਂ ਜਿਹੜੇ ਬੰਦੇ ਸ਼ਹੀਦ ਹੋਏ ਹਨ ਮਰੇ ਸਨ ਉਹਨਾਂ ਦੇ ਨਾਲ ਹੀ ਲੰਮੇ ਪੈ ਉਹਦੇ ਨਾਲ ਹੀ ਉੱਤੇ ਟੁੱਟੇ ਪਏ ਸਾਡੇ ਅਸੀਂ ਉੱਤੇ ਸੁੱਟ ਲੈਂਦੇ ਸੀ ਆਪਣੇ ਕਿ ਬਈ ਅਸੀਂ ਬਚ ਜੀ ਅਸੀਂ ਬਚ ਜਾਈਏ ਬੜਾ ਮੁਸ਼ਕਲ ਟਾਈਮ ਨਹੀਂ ਸੀ ਬੜਾ ਇਸੇ ਉੱਤੇ ਮੁਸ਼ਕਲ ਕੀ ਟਾਈਮ ਹੋ ਦਲਿੰਦੇ ਸਿੱਖ ਦਲਿੰਦੇ ਬਣ ਗਏ ਸੀ ਬੱਚੇ ਜਿਹੜੇ ਮਹੀਨੇ ਦਾ ਸਵਾ ਮਹੀਨੇ ਦਾ ਦੋ ਮਹੀਨੇ ਦਾ ਅੰਜ ਢਿੱਡ ਦੇ ਵਿੱਚ ਬੱਲਾ ਮਾਰੀਆ ਉੱਤੇ ਤੰਗ ਦਿੱਤਾ ਹੈ ਓਏ ਘਰਾਵਾਂ ਤੈਨੂੰ ਪਾਕਿਸਤਾਨ ਉਹ ਤੜਫ ਕੇ ਉੱਤੇ ਮਰਿਆ ਵੀ ਆਈ ਮੱਲਮ ਦੇ ਉਹ ਤੈਨੂੰ ਘਲਾਈਏ ਪਾਕਿਸਤਾਨ ਅਸਲਾਮ ਅਲੈਕਮ ਤੁਸੀਂ ਦੇਖ ਰਹੇ ਹੋ ਪੀ ਕੇ ਵਿਰਸਾ ਮੇਰਾ ਨਾਮ ਹੈ ਰਾਣਾ ਫਾਰੂਕ ਤਾਹਿਰ ਪੀ ਕੇ ਵਿਰਸਾ ਦੀ ਟੀਮ ਅੱਜ ਮੌਜੂਦ ਹੈ ਚੱਕ ਲਖੀਆ ਜਿਹਨੂੰ ਲਖੀਆ ਖੁਰਦ ਵੀ ਆਖਿਆ ਜਾਂਦਾ ਹੈ ਤਹਿਸੀਲ ਕਾਮੋਕੀ ਜ਼ਿਲ੍ਹਾ ਗੁਜਰਾਂਵਾਲਾ ਇਹ ਕਾਮੋਕੀ ਤੋਂ ਲਹਿੰਦੇ ਪਾਸੇ ਪਿੰਡ ਹੈ ਅਸੀਂ ਇੱਥੇ ਆਏ ਹਾਂ ਇੱਕ ਬਜ਼ੁਰਗਾਂ ਨੂੰ ਮਿਲਣ ਜਿਹੜੇ ਜ਼ਿਲ੍ਹਾ ਪਟਿਆਲਾ ਸਨੌਰ ਤੋਂ ਹਿਜਰਤ ਕਰਕੇ ਇੱਥੇ ਆਏ ਨੇ ਉਹਨਾਂ ਕੋਲੋਂ ਪੁੱਛਾਂਗੇ ਕਿ ਸਨੌਰ ਤੋਂ ਲੈ ਕੇ ਕਾਮੋਕੀ ਆਉਣ ਤੱਕ ਉਹਨਾਂ ਨੂੰ ਕਿਹੜੀ ਕਿਹੜੀ ਮੁਸੀਬਤਾਂ ਕਿਹੜੀ ਕਿਹੜੀ ਪਰੇਸ਼ਾਨੀਆਂ ਆਈਆਂ ਅਤੇ ਅਸੀਂ ਹੁਣ ਤੁਹਾਨੂੰ ਮਿਲਾਉਂਦੇ ਹਾਂ ਉਹਨਾਂ ਬਜ਼ੁਰਗਾਂ ਦੇ ਨਾਲ ਆਓ ਸਾਡੇ ਨਾਲ ਅਸਲਾਮ ਅਲੈਕਮ ਜੀ ਵਾਲੇਕੁਮ ਅਸਲਾਮ ਵ ਰਹਿਮਤੁਲਾ ਜੀ ਆਪਣਾ ਨਾਮ ਕੀ ਹੈ ਜੀ ਮੁਹੰਮਦ ਰਮਜ਼ਾਨ ਅਤੇ ਤੁਹਾਡੇ ਅੱਬਾ ਜੀ ਦਾ ਅੱਲਾ ਬਖਸ਼ ਅਤੇ ਦਾਦਾ ਜੀ ਦਾ ਮੁਹੰਮਦ ਬਖਸ਼ ਅਤੇ ਆਪਣੀ ਬਰਾਦਰੀ ਕਿਹੜੀ ਹੈ ਅਰਾਈ ਅਰਾਈ ਇਹਦੇ 'ਚ ਕੋਈ ਗੋਤ ਵਗੈਰਾ ਵੀ ਹੁੰਦੀ ਅੱਲਾਂ ਵਗੈਰਾ ਜਿਹੜੇ ਜੀ ਹੁੰਦੀ ਹੈ ਕੀ ਆਪਣੀ ਗੋਤ ਕੀ ਆਪਣੀ ਗੋਤ ਸਪਾਲ ਜੀ ਸਪਾਲ ਸਪਾਲ ਠੀਕ ਅਸੀਂ ਇਹ ਕਿਹੜੇ ਪਿੰਡ ਬੈਠੇ ਹਾਂ ਇੱਥੇ ਲਖੀਆ ਜੀ ਲਖੀਆ ਲਖੀਆ ਅਤੇ ਇਹਦੀ ਤਹਿਸੀਲ ਤਹਿਸੀਲ ਕਾਮੋਕੀ ਜ਼ਿਲ੍ਹਾ ਗੁਜਰਾਂਵਾਲਾ ਠੀਕ ਇਹ ਜਿਹੜਾ ਪਿੰਡ ਲਖੀਆ ਹੈ ਹਾਂਜੀ ਇਹਦੇ ਆਲੇ ਦੁਆਲੇ ਕੋਈ ਦੋ ਚਾਰ ਪਿੰਡਾਂ ਦੇ ਨਾਮ ਦੱਸੋ ਕਿਹੜੇ ਕਿਹੜੇ ਪਿੰਡ ਦਰਗਾਹਪੁਰ ਕੋਟ ਘੋਮਾ ਤੋਲੇ ਜੀ ਪੁਰਾਣ ਲਖੀਆ ਭਰੋਗੀ ਇਹ ਨਵਾਂ ਲਖੀਆ ਇਹ ਨਵਾਂ ਲਖੀਆ ਆਪਣਾ ਹਿੰਦੁਸਤਾਨ 'ਚ ਕਿਹੜਾ ਪਿੰਡ ਸੀ ਸਨੌਰ ਸ਼ਹਿਰ ਸਨੌਰ ਸ਼ਹਿਰ ਸਨੌਰ ਅੱਛਾ ਅਤੇ ਰਿਆਸਤ ਪਟਿਆਲਾ ਪਟਿਆਲਾ ਇਹ ਜਿਹੜਾ ਸਨੌਰ ਸੀ ਇਹ ਕਿੱਡਾ ਕੁ ਵੱਡਾ ਸੀ ਇਹਦੇ ਬਾਰੇ ਸਾਨੂੰ ਦੱਸੋ ਕੋਈ ਇਹਦੇ 'ਚ ਜੀ ਜਿੰਨੇ ਹੁਣ ਕੰਮ ਹੋ ਗਏ ਨਾ ਅੱਛਾ ਇਸ ਤੋਂ ਵੱਡਾ ਹੀ ਸੀ ਘੱਟ ਨਹੀਂ ਸੀ ਅਤੇ ਕਿੰਨੇ ਕੁ ਪੱਤੀਆਂ ਜਾਂ ਮੱਲੇ ਕਿੰਨੇ ਕੁ ਸਨ ਇਹਦੇ 'ਚ ਇੱਕ ਹਿੰਦੂ ਦੇ ਘਰ ਉਸ ਟਾਈਮ ਦੇ ਵਿੱਚ ਔਲਾਦ ਨਹੀਂ ਹੁੰਦੀ ਸੀ ਸਨੌਰ ਦੇ ਵਿੱਚ ਸਨੌਰ ਦੇ ਵਿੱਚ ਅੱਛਾ ਉਹਨੇ ਸੁੱਖਾ ਸੁੱਖੀ ਯਾਦ ਲਾ ਮੈਂ ਫੀ ਬੱਚੇ ਦੀ ਮਠਿਆਈ ਦੇਵਾਂਗਾ ਪਾ ਅੱਛਾ ਫੀ ਘਰ ਦੀ ਇੱਕ ਪਾ ਮਠਿਆਈ ਘਰ ਬੱਚੇ ਹੀ ਦੇਵਾਂਗਾ ਮੇਰੇ ਘਰ ਮੈਨੂੰ ਪੁੱਤਰ ਦੇਵੇ ਧੀ ਪੁੱਤਰ ਦੇਵੇ ਅੱਛਾ ਮਤਲਬ ਕਿ ਹਰ ਘਰ 'ਚ ਮੈਂ ਮਠਿਆਈ ਵੰਡਾਂਗਾ ਜੇ ਮੇਰੇ ਪੁੱਤ ਹੋ ਜਾਵੇ ਅੱਲਾ ਮੇਰੇ ਪੁੱਤਰ ਅੱਛਾ ਅੱਲਾ ਨੇ ਉਹਨੂੰ ਪੁੱਤਰ ਦੇ ਦਿੱਤਾ ਕਿਆ ਬਾਤ ਅੱਲਾ ਨੇ ਉਹਨੂੰ ਪੁੱਤਰ ਦਿੱਤਾ ਉਹਨੇ ਫਿਰ ਮਰਦਮ ਸਵਾਰੀ ਕਰਾਈ ਸੀ ਅੱਛਾ ਉਸ ਹਿੰਦੂ ਨੇ ਮਰਦਮ ਸ਼ੁਮਾਰੀ ਕਰਾਈ ਕਿ ਸਨੌਰ ਦੀ ਕਿੰਨੀ ਆਬਾਦੀ ਕਿੰਨੇ ਘਰ ਨੇ ਕਿੰਨੀ ਆਬਾਦੀ ਕਿੰਨੇ ਘਰ ਨੇ ਉਸ ਵੇਲੇ 48,000 ਘਰ ਸੀ 48,000 ਫੈਮਲੀਆਂ ਸਨ ਉਸ ਵੇਲੇ 1900 ਫੈਮਲੀਆਂ ਚੋਖਾ ਸੀ ਅੱਛਾ ਇੱਕ ਘਰ ਘਰ ਦੀ ਮੈਂ ਗੱਲ ਕਰਨਾ ਇੱਕ ਘਰ ਦੇ ਵੀ ਚਾਰ ਚਾਰ ਘਰ ਵੀ ਹੈ ਤਿੰਨ ਤਿੰਨ ਘਰ ਵੀ ਹੈ ਦੋ ਦੋ ਘਰ ਵੀ ਹੈ 48,000
ਘਾਰਾਂ ਦੀ ਮਰਦਮਸ਼ੁਮਾਰੀ ਹੋਈ, ਮਰਦਮਸ਼ੁਮਾਰੀ ਹੋਈ ਸੀ, ਕੁਝ ਉੱਤੇ ਹਜ਼ਾਰ ਸਨ। ਇਹ 47 ਤੋਂ ਪਹਿਲਾਂ ਦੀ ਗੱਲ ਹੈ? ਆਹੋ ਜੀ, 47 ਤੋਂ ਪਹਿਲਾਂ ਦੀ ਗੱਲ ਹੈ ਜੀ। ਅੱਛਾ, ਇਹ ਤਕਰੀਬਨ 28-30 ਦੀ ਗੱਲ ਹੈ। ਅੱਛਾ, 1928-30 ਦੀ, ਮਤਲਬ ਉਦੋਂ 48,000 ਮਕਾਨ ਸੀ ਸਨੌਰ 'ਚ। ਸਨੌਰ 'ਚ ਅਤੇ ਮਸਜਿਦਾਂ ਕਿੰਨੀਆਂ ਕੁ ਸਨ? ਮਸਜਿਦਾਂ ਮੁਸਲਮਾਨਾਂ ਦੀਆਂ ਮੇਰੇ ਅੰਦਾਜ਼ੇ ਮਾ ਤਕਰੀਬਨ ਤਾਂ 20-25 ਹੋ ਗਈਆਂ। ਅੱਛਾ, ਅਤੇ ਗੁਰਦੁਆਰੇ ਮੰਦਰ ਵੀ ਹੈ ਸਨ? ਗੁਰਦੁਆਰੇ ਮੰਦਰ ਬੜੇ ਸਨ। ਅੱਛਾ, ਹਾਂਜੀ। ਤੁਹਾਡਾ ਕਿਹੜਾ ਮੱਲਾ ਸੀ? ਕਾਂਸੀਆਂ ਵਾਲਾ। ਅੱਛਾ, ਅਤੇ ਜਿਹੜਾ ਤੁਹਾਡਾ ਮੱਲਾ ਸੀ ਕਾਂਸੀਆਂ ਵਾਲਾ, ਇਹਦੇ ਕੋਈ ਲੰਬੜਦਾਰ ਵਗੈਰਾ ਕੌਣ ਸੀ? ਇਹ ਲੰਬੜਦਾਰ ਮੇਰੇ ਤਾਇਆ ਜੀ ਸੀ। ਕੀ ਨਾਮ ਸੀ ਉਹਨਾਂ ਦਾ? ਇਸਮਾਇਲ। ਉਹ ਲੰਬੜਦਾਰ ਸਨ ਤੁਹਾਡੀ ਪੱਟੀ ਦੇ? ਸਾਡੀ ਪੱਟੀ ਦੇ, ਵੱਡਾ ਸੀ ਮੇਰੇ ਤਾਇਆ ਮੇਰਾ। ਅੱਛਾ, ਹਾਂ, ਉਹ ਜੋ ਕਹਿ ਦਿੰਦਾ ਸੀ ਕਹਿੰਦਾ ਆਮੀਨ। ਵਾਹ ਜੀ ਵਾਹ। ਦੂਸਰੀ ਪੱਟੀ ਦੇ ਵਿੱਚ ਮੇਰਾ ਮਾਸਟਰ ਸਹੁਰਾ ਸੀ। ਉਹਦਾ ਕੀ ਨਾਮ ਸੀ? ਉਹਦਾ ਅਲੀ ਮੁਹੰਮਦ। ਅਲੀ ਮੁਹੰਮਦ ਅਤੇ ਬਲੀ ਮੁਹੰਮਦ, ਇਹ ਸੀ ਲੰਬੜਦਾਰ ਉੱਧਰ, ਉਹ ਉਸ ਦੂਸਰੀ ਪੱਟੀ ਮਾ ਸੀ। ਅੱਛਾ, ਸਕੂਲ ਵੀ ਹੈ ਸੀ ਤੁਹਾਡੇ ਮੁਹੱਲੇ 'ਚ? ਹਾਂ ਜੀ, ਸਕੂਲ ਵੀ ਹੈ ਸਰ। ਅੱਛਾ, ਹਾਂ, ਅੱਗੀਆਂ ਪੱਤੀਆਂ ਸੀ ਜਿਹੜੀਆਂ, ਉਹ ਚੌਧਰੀ ਗੁਲਾਮ ਮੁਹੰਮਦ ਸੀ। ਉਹ ਪੱਤੀਆਂ ਦੇ ਜਿਹੜੇ ਤੁਹਾਨੂੰ ਨਾਂ ਯਾਦ ਨੇ, ਉਹ ਦੱਸੋ ਕਿਹੜਾ ਕਿਹੜਾ ਨਾਂ ਯਾਦ ਹੈ ਮੁਹੱਲਿਆਂ ਦੇ? ਮੁਹੱਲਿਆਂ ਜਿਹੜੀ ਅਗਲੇ ਪਾਸੇ ਮੁਹੱਲਾ ਸੀ ਉਹਦੇ 'ਚ ਗੁਲਾਮ ਚੌਧਰੀ ਗੁਲਾਮ ਮੁਹੰਮਦ ਸੀ ਮੁਹੱਲਾ। ਠੀਕ ਹੈ, ਉਹ ਮੁਹੱਲਿਆਂ ਦੇ ਕੋਈ ਨਾਂ ਯਾਦ ਨੇ? ਨਹੀਂ, ਥੋੜ੍ਹਿਆਂ ਦੇ ਨਾਂ ਯਾਦ। ਉਦੋਂ ਆਪਣੀ ਉਮਰ ਕਿੰਨੀ ਸੀ? ਉਦੋਂ ਉਮਰ ਤਕਰੀਬਨ 18 ਸਾਲ ਤੋਂ 30 ਸਾਲ। ਫਿਰ ਤਾਂ ਗੱਭਰੂ ਸੋ ਗਏ। ਆਪਣਾ ਬਾਈ ਬੰਦਾ ਸਭ ਕੁਝ ਕਰਦਾ ਸਾ। ਅੱਛਾ, ਬਾਈ ਵੀ ਕਰਦੇ? ਬਾਈ ਕਰਦੇ ਬਾਪਾ ਜੀ ਦੇ ਨਾਲ। ਹਾਂਜੀ, ਅਤੇ ਕਿਹੜੇ ਪਾਸੇ ਸੀ ਤੁਹਾਡੀ ਜ਼ਮੀਨ? ਕਿਹੜੇ ਪਾਸੇ? ਲੈਂਦੇ ਪਾਸੇ। ਕੋਈ ਡੇਰੇ ਦਾ ਨਾਂ ਸੀ ਕੋਈ ਹੈ ਸੀ? ਡੇਰੇ ਨਹੀਂ ਸੀ, ਖੂਹ ਸਨ। ਖੂਹ ਸਨ ਸਾਡੇ। ਕੀ ਨਾਂ ਸੀ ਆਪਣੇ ਖੂਹ ਦਾ? ਸਨੌਰਾ ਖੂਹ ਵੱਧਦਾ ਸੀ। ਕਿਹੜਾ ਜੀ? ਸਨੌਰਾ। ਸਨੌਰਾ, ਹਾਂ। ਹੋਰ ਕਿਹੜੇ? ਮਹਮਦੂ ਕਿਆਂ ਦਾ ਖੂਹ ਵੱਧਦਾ ਸੀ। ਮਹਮਦੂ ਕਿਆਂ? ਅਸੀਂ ਮਹਮਦੂ ਕਿਆਂ ਕਹਿੰਦੇ ਹਾਂ ਸਾਡੇ ਮੁਹੰਮਦ ਬਖਸ਼ ਦੀ ਨਾ, ਮਹਮਦੂ ਕਿਆਂ ਦਾ ਖੂਹ। ਠੀਕ ਹੈ, ਇਹ ਉਹਦਾ ਖੂਹ ਮਹਮਦੂ ਕਿਆਂ ਦਾ, ਪਹਿਲਾਂ ਵੀ ਖੂਹ ਮਹਮਦੂ ਕਿਆਂ ਦਾ ਸੀ, ਪਹਿਲਾਂ ਵੀ ਖੂਹ ਮਹਮਦੂ ਕਿਆਂ ਦਾ ਸੀ। ਤਿੰਨ ਖੂਹ ਸਨ? ਚਾਰ। ਅਤੇ ਹੋਰ ਕੋਈ ਖੂਹਾਂ ਦੇ ਨਾਂ ਯਾਦ ਨੇ? ਨਹੀਂ, ਲਾਗੇ ਹੋਰ ਕੋਈ ਐਡਾ ਉਹ ਯਾਦ, ਬੜਾ ਚਿਰ ਹੋ ਗਿਆ ਤੈਨੂੰ ਪਤਾ। ਹਾਂ, ਅੱਜ ਉਹੀ ਤਾਂ ਅਸੀਂ ਗੱਲਾਂ ਪੁੱਛਣ ਆਏ ਹਾਂ ਕਿ ਚਲੋ ਪੁਰਾਣੀਆਂ ਗੱਲਾਂ। ਹਾਂ, ਅੱਛਾ, ਅਤੇ ਸਕੂਲ ਕਿਹੜੇ ਪਾਸੇ ਸੀ ਆਪਣਾ? ਸਕੂਲ ਆਪਣੇ ਤਾਂ ਲਹਿੰਜੇ ਪਾਸੇ। ਅੱਛਾ, ਤੁਹਾਡੇ ਕੋਲ ਹੀ ਸੀ? ਜੇ ਬੰਦਾ ਮਤਲਬ ਤੁਹਾਡੀ ਯਾਦਾਸ਼ਤ 73-74 ਸਾਲ ਹੋ ਗਏ ਨੇ, ਜੇ ਬੰਦਾ ਤੁਹਾਨੂੰ ਉੱਥੇ ਲੈ ਜਾਏ ਤਾਂ ਆਪਣਾ ਘਰ ਗਲੀ ਮੁਹੱਲਾ ਲੱਭ ਸਕਦੇ? ਬਿਲਕੁਲ, ਸਭ ਚਿੰਨੇ 'ਤੇ ਲਿਖਿਆ ਵਾ। ਅੱਛਾ ਜੀ, ਹਾਂਜੀ, ਮਤਲਬ ਬੰਦਾ ਸਨੌਰ ਜਾ ਕੇ ਬਾਹਰ ਛੱਡ ਦੇਵੇ ਲਹਿੰਦੇ ਪਾਸੇ, ਅਤੇ ਕਿਹੜੇ ਪਾ ਕਿਵੇਂ ਜਾਂਦੇ ਹੋ, ਕਿੱਧਰ ਨੂੰ ਮਕਾਨ ਸੀ, ਕਿਵੇਂ ਸੀ? ਜਨਾਬ, ਇਸ ਪਾਸੇ ਸਾਡੀ ਜ਼ਮੀਨ ਸੀ ਲਹਿੰਦੇ ਪਾਸੇ। ਲਹਿੰਦੇ ਪਾਸੇ ਇੱਧਰ ਸਾਡੀ ਸੜਕ ਆਈ ਸੀ ਇੰਝ। ਅੱਛਾ, ਅੱਗੇ ਆ ਜਾਂਦਾ ਸੀ ਇਸ ਪਾਸੇ ਛੱਪੜ, ਇਸ ਪਾਸੇ ਆ ਜਾਂਦਾ ਸੀ ਬੜਾ ਸਾਰਾ ਇੱਕ ਥੇ ਆ ਜਾਂਦਾ, ਥੇ ਆ ਜਾਂਦਾ। ਠੀਕ ਹੈ, ਉੱਥੋਂ ਇੱਕ ਮਾਲਾ ਸਿੱਧਾ ਨਿਕਲ ਜਾਂਦਾ ਸੀ ਸਾਡਾ, ਅੱਜ ਬਾਜ਼ਾਰ ਮੁੜ ਜਾਂਦਾ ਸੀ। ਅਤੇ ਆਪਣੇ ਮਕਾਨ ਪੱਕੇ ਸਨ? ਆਹੋ ਜੀ, ਪੱਕੇ ਮਕਾਨ ਸਨ। ਕਿਵੇਂ ਦਾ ਸੀ ਮਕਾਨ, ਕੋਈ ਯਾਦ ਹੈ ਨਕਸ਼ਾ? ਮਕਾਨ ਇੱਧਰ ਮੂੰਹ ਸਨ, ਇੱਧਰ ਪਿੱਛਾ ਕੰਡਾ ਸਨ। ਕਿੰਨੇ ਕਮਰੇ ਸ਼ਮਰੇ ਕਿੰਨੇ ਸਨ, ਕਿਵੇਂ ਦਾ ਸੀ? ਕਮਰਾ ਇੱਕ ਵੱਡਾ ਸੀ ਜਿਹੜਾ, ਉਹਦੇ 'ਤੇ ਦਾਣੇ ਤੂੜੀ ਅੰਦਰ ਰੱਖਦੇ ਸੀ, ਉਹ ਤਕਰੀਬਨ ਹੈ ਜੀ 12-13 ਖਾਣਾ ਦਾ। ਅੱਛਾ, 12-13 ਖਾਣਾ ਦਾ ਉਹਦੇ ਤੂੜੀ ਸਭ ਕਣਕ ਸੁੱਟ ਜਾਣ ਕੇ। ਠੀਕ ਹੈ, ਹੇਠਾਂ ਤੂੜੀ ਸੁੱਟ ਦੇਣੀ, ਉੱਤੇ ਕਣਕ ਦੇ ਦੇਣੀ, ਉੱਤੇ ਫਿਰ ਤੂੜੀ ਪਾ ਦੇਣੀ। ਤਿੰਨ ਚਾਰ ਸਾਲ ਦੇ ਦਾਣੇ ਪੈ ਰਹੇ, ਲੱਗਣਾ ਨਹੀਂ ਉਹਨਾਂ ਨੂੰ, ਰਿਜ਼ਕ ਖੁੱਲ੍ਹੇ ਸਰ। ਮਰਚਾਂ ਹੋਣੀਆਂ ਡੱਡੀਆਂ, ਗਿੜਗਿੜ ਸੀ ਮਰਚ। ਕੀ ਸਬਜ਼ੀਆਂ ਕੀ ਹੁੰਦੀਆਂ ਸਰ? ਸਬਜ਼ੀਆਂ ਸਾਰੀਆਂ ਹੁੰਦੀਆਂ ਸੀ, ਮੁੰਜੀ ਘੱਟ ਸੀ, ਮੁੰਜੀ ਖੂਹਾਂ 'ਤੇ। ਬਰਾਨੀ ਜ਼ਮੀਨ ਸੀ? ਬਰਾਨੀ ਸੀ, ਖੂਹਾਂ ਦੇ ਉੱਤੇ ਨਹੀਂ ਲੱਗਦੀ ਸੀ। ਅੱਛਾ, ਇਸੇ ਕਰਕੇ ਸਾਨੂੰ ਘੱਟ ਪਈ ਹੈ ਜ਼ਮੀਨ। ਅੱਛਾ, ਜਿਹੜਾ 47 ਦਾ ਹੋਇਆ ਵਾਕਿਆ, ਹਾਂਜੀ, ਕਿ ਟਾਈਮ ਆ ਗਿਆ ਕਿ ਬਈ ਤੁਸੀਂ ਮੁਸਲਮਾਨਾਂ ਨੂੰ ਕਿਹਾ ਤੁਸੀਂ ਇੱਧਰ ਜਾਣਾ, ਅਤੇ ਸਿੱਖਾਂ ਹਿੰਦੂਆਂ ਨੂੰ ਕਿਹਾ ਤੁਸੀਂ ਉੱਧਰ ਨੂੰ ਟੁੱਟ ਜਾਣਾ, ਉਦੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ, ਕੀ ਹੋਇਆ ਸੀ ਆਪਣੇ ਪਿੰਡ 'ਚ? ਉਹ ਜਨਾਬ, ਪਹਿਲਾਂ ਜਿਹੜੇ ਸਿੱਖ ਸਨ ਨਾ, ਹਾਂਜੀ, ਇੱਧਰੋਂ ਗਏ ਵੀ ਕਾਲੀ, ਇੱਧਰੋਂ ਪਾਕਿਸਤਾਨ 'ਚੋਂ ਇੱਧਰ ਉੱਧਰ ਗਏ ਵੇ ਸੀ। ਉਹ ਆਉਂਦੇ ਹੁੰਦੇ ਸੀ, ਕਮਾਏਗੀ ਦੁਨੀਆ ਖਾਏਗੇ ਹਮ।
कमाएगी दुनिया, खाएंगे हम। अच्छा, मेरे अब्बा जी आख्या कर कोई ना कोई गलती हो गई इतनी, अब्बा जी ने मेरे अब्बा जी आख्या, मेरे अब्बा जी नवाजी भरे जी बने सन। अच्छा, दूजा भ्रावे ने आख्या सारे वो तेरा आला मकसद दिमाग थोड़ी खराब है, वो वेख लिया कोई ना कोई गलती बनी है। सिख कहते ने भाई कमाएगी दुनिया खाएंगे हम, ये राज है कोई ना कोई। ठीक है, तो कम्मा पटियालिया रियासत पटियाले नौकर सी, कम्मा पटियालिया रियासत पटियाले दा मुलाजम सी, मुलाजम सी। अच्छा, हुकूमत दे विच ये नहीं मैं कह सकता भी कि हुकूमत दे विच सी, मतलब किस ओहदे ते सी ये नहीं पता, ये नहीं पता। ठीक है, वो गल्ला करन दे ने कि सनौर दे विच कलफू लाइए ते सनौरी मरन गे, मुसलमानी दा उत्थे बहुत ज़्यादा जोर है, अन्नी सनौरिया ने मरना नहीं। कम्मे पटियालिया ने कहा कि जे सनौर वालियां ते करफ्यू लावांगे ते मरणगे, उंज नहीं मरते, उंज नहीं मरते। अच्छा, वो अपने नाले दिखता रहा नाले कन्नू उस पास ही है। ठीक है, कम्मा पटियालिया सुनता रहा सी बह के, सुनता रहा ते दिखता भी नहीं अपना, अब वो अपना साफ करता रहा। ठीक है, हुकूमत का हाँ जी, मगर कन्नू उस पास से। ठीक है, जो चुट्टी का टाइम आ गया सनौर। अच्छा, उन्हें चढ़ के मीनार के उत्ते तकरीबन 120-125 फुट का मीनार है जी, तुहाडी मस्जिद का, मस्जिद का। अच्छा जी, हाँ जी, साडा मुसलमान का जोर सी ना सनौर सनौर, उन्हें चढ़ के उत्ते नारा तकबीर नारायण सालार। अच्छा, मारे नारे चार सवेरे मुसलमान बगल तक दौड़े भी पता नहीं की बन गया, हो गया नारे बच गए, नारे बच गए। जे खोह के उत्ते भी वह भी दौड़े आते। अच्छा, जे शहर के बच्चे बैठे वह भी दौड़े आते हैं। की हो गया, की हो गया, चलो खां साहब जी की होया, की होया आखिया कट्ठे होने सारे आखन गया अज निकल जाओ सवेर न कलफू लग जाने, वो कम्मे ने गया। अच्छा, अज जरा निकल गया, निकल गया, निकल गया, कल फस जाओगे, कल फस। अच्छा, उत्थे फिर असी दिन डुबे जा निकले, दिन डुबे तुसी पिंडों निकल गए शहर चो। अच्छा, चले आ रहे हैं जे गड्डा के उत्ते गड्डा लाए जे पैदल सर पैदल चल रहे हैं पै, तो की कुछ चुकया करो समान समून, समान कोई भी मैं किसी अपना कपड़ा चीज रहा जे कि माड़ा मोटा सामभ्या बसी एक जगह पिया सी वो सामभ्या बसी। अच्छा, होर बकाया चुकूगी तो फुरसे दर्दी क्यों नहीं सी। अगे आन के सिंगल के बिच एक दरिया के उत्तों की थोड़ा जहा सी एवं लंघन लगे, उन्होंने पटियालिए गोली कट मारी बोर्ड के जड़ा चो। अच्छा, बोर्ड की जड़ा बैठा बैठे जी पिस्तौल दफल नहीं। अच्छा, उन्हें गोली चला, गोली गोली चला, वो मर गया। वो कह रहा लंघ जाओ तुम, लंघ जाओ, मैं मर गया, लंघ जाओ। मरिया कौन? पटियालिया, कम्मा पटियाली, कम्मा पटियाली, वो कि गोली ना मरिया? सिख दी नाल। अच्छा, वो सिख दी गोली नाल मरिया। वो तुहाडी हमायत सी? आहो जी, अपना सी वा। हाँ, केड़ी बरादरी चो सी? ओ राजपूता चो। अच्छा, वो फिर उत्थे शहीद हो गया? उत्थे शहीद हो गया, उत्थे असी निकलते आ रहे हैं रात नूं कर्फ्यू लगा कर लेना चार बजे गड्डा दे उत्ते, गड्डा ला लेनियां फिर पहरेदार खिलारदे ने। तुसीं मसिंगण आ गए फिर? मसिंगण। अच्छा, चार छे गड्डा ला के लख डूढ़ लख का काबला सी, कदों चाली भी ज्यादा सी। अच्छा, इन्ने लोग कट्ठे हो गए? वाह जी, इन्ने कट्ठे होंदे चले आए फिर बंद चले गए, कम इधरों उधरों रलदे गए पिंड च, बड़ा बड़ा काबला हो गया। रात नूं जिस वेले हां जी बह जा करिए, चार छे गड्डा गुड्डा ला के जे बुढ़े सन हां जी वो अपने बन्ने साइडां ते बह जा कर पहरा दे, पहरा दे। अच्छा, उतों जिम्मे टुरै सवाद आ गया सी, शाहबाद सुद। अच्छा, सवाद। अच्छा, उगा दिल्ली उ है। ठीक है, उवाद है साड़ी बड़ी सेवा की है। अच्छा, वो मुसलमान सन। अच्छा, साढ़े कोई कपड़ा चीसा रहा, उन्होंने कपड़े थाना के थान बने सुन दिते, जुत्तियां सुन छड़िया के पाओ पाओ। अच्छा, भेडा बकरियां कर दीजिया भी कर करके खाओ। उतों असी जनाब मेरी तुर पाए फिर रात कटी है, रात ही कटते सी अगले तुर पाए, वो भी नाल ने
अगे आन के असी छौनी बैठे छौनी तो ना रात को फिर सिख पे थे पी जी नहीं पी जी जथा पै गया फिर अच्छा बीबिया कन्न कट लै गए गुट कट लै गए जो चूड़ा नहीं होंगे सी इतने तुड़ी भी चूड़ा पै बा मारिया गुट कटिया चूड़ा खड़ दिता। अच्छा मतलब कि जेवर खोन वास्ते जथिया ने कन्न भी वढ़ छड़े बाहवा भी वढ़ छड़िया बीबिया दी कन्न कन्ना बिचो डंडिया होंदिया ने सोने दियां ओ खोलिया नहीं ओ कटिया जका के जत रु गया पाल जा चोले च उस तो बाद गड्डी आई है 71 के 72 डब्बे सन उहदे च। अच्छा गड्डी आ गई 71 72 डब्बे ते 3-4 अंजण उहदे च लगे गए। उतो जिस वक्त जरा बह गए सारे आन के जान के कलर दे विच गड्डी खड़ा दित्ती है बस स्टेशन ते नहीं खलोती ना कलर च बेहाबान च उन्हां कोल तलवारां फिर उन्हां कीती है बड़ी टुक गड्डी च तुसी भी गड्डी च हो उच्चे गड्डी च मतलब के गड्डी राज खलार के ते जथा पै गया जथे पै गया फिर एक अद्धा नहीं पता नहीं कि सिखनी आ गई सिखा गया बस फिर यह सी क्या कतल कर छड़िया जो अपने उत्ते सुट दिता है दूजा सुटा उन्हें भी अपने उत्ते सुट दिता है हेठा रस पै फूस ने चुक चुक थले जाते पे ने उत्ते मरे पे उत्ते मरे पे वाडी वड काटी वड वाडी कट वड कट बेबा उतो जो पूरा अपना काम हो गया। हाँ जी ਜਿਹੜੀਆਂ ਕੁੜੀਆਂ ਸਨ ਚੰਗੀਆਂ ਕਿਸੇ ਦੀਆਂ ਉਹ ਵੀ ਚੁੱਕ ਲੈ ਗਏ। ਅੱਛਾ ਜਥੇ ਵਾਲੇ ਕੁੜੀਆਂ ਨੂੰ ਵੀ ਲੈ ਗਏ ਕੁੜੀਆਂ ਵੀ ਚੰਗੀਆਂ ਚੁੱਕ ਲੈ ਗਏ ਉੱਥੋਂ ਗੱਡੀ ਟੋਰੀ ਹੈ ਉਰਾਂ ਆ ਕੇ ਜਿਹਨੇ ਗੱਡੀ ਖਿਲਾ ਲਈ ਹੈ ਆਵਾਜ਼ਾਂ ਦੇਣ ਕਿ ਆ ਜਾਓ ਉਤਰਿਓ ਡਰਦੇ ਸੀ ਉਤਰੇ ਨਾ ਜਥਿਆਂ ਵਾਲੇ ਆਵਾਜ਼ਾਂ ਦੇਣ ਜਿਹੜੇ ਅੱਗੇ ਫਿਰ ਆ ਗਏ ਸਟੇਸ਼ਨ ਦੇ ਅਗਲੇ ਜੀ ਜਿਹੜੇ ਅਗਲੇ ਜੀ ਕਿ ਬਈ ਥੱਲੇ ਆ ਜਾਓ ਥੱਲੇ ਆ ਜਾਓ। अच्छा उत्थे फिर आन के अपनी फौज चली गई थोड़ी जी इधरों। अच्छा इन्होंने आख्या असी कलमे का सोने का पढ़ने वाले हैं ला इलाहा इल्लल्लाह मुहम्मद रसूलुल्लाह तुसी बेफिक्र हो के आ जाओ अच्छा असी तुहाडे बंदे हैं। अच्छा जिथे वो कलर दे विच कट वड होई सी हाँ जी ते अपने को खानदान चों भी को बंदा शहीद होया सी बेबा जी। अच्छा बेबा अणगिनत अपने खानदान सारे बड़े सी अखी तुसी वेखदे हो नहीं जी अजे पैसे मुद्दे आए तो अच्छा तुसी जिहड़े बंदे शहीद होए हन मरे सन उन्हां दे नाल ही लम्मे पै उन्हां दे नाल ही उत्ते टुटे पे साडे असी उत्ते सुट लंदे सी अपने कि भाई असी बच जी असी बच जाईए बड़ा मुश्किल टाइम नहीं सी बड़ा इसे उत्ते मुश्किल की टाइम हो ये अखां दे सामने मौत है जी जिहड़ी फिर 8 दिन मारसा पैंदियां रहियां 8 दिन उदो खूहां दे विच जहरा पातियां नलकियां विच जहरा पातियां वे मुसलमान पानी पीण गए मरणगे कोई रोटी नहीं कोई पानी नहीं कोई किसे चीज गवा दी अल्लाह पाक ने सानूं सिदक दित्ता सी सबर देता कि उहदे उत्ते सी 8 दिनां च कामयाब रहे। अच्छा फिर वो ट्रेन अगे जाके खलोती तुहाड़ी फौज आ गई उन्होंने कहा आ जाओ भाई अपने ही आ जाओ फिर की होया फिर तो उतरे हैं। अच्छा मुँह तो उतरे रत्ता ने लाइया लुइया है लो लाया लो लाया कुत्ता। अच्छा फिर तो तुरे हौले हौले फिर अच्छे तेरे आ गए लाहौर च किन्ने दिन च पटियाले तो लैके किन्ने दिन लगे हैं लाहौर आंदे ये जी मेरा दिल मानता है कि महीने के उत्ते ही लगे हो एक महीना खज्जल खारी च लंघ गया मुश्किल हाजी एक 100 किन्ने मील सी कदों सफर छोटा सी आ बहुत बड़ा सफर सी रियाज से पटियाला अपने दिल्ली ते लाहौर ए अद्धो अद्ध बसी साडा शहर मतलब जेड़ा सनौर सी ओदे अद्धे च लाहौर सी ते अद्धे च दिल्ली सी साडा सनौर अद्धे भी सी ਸਾਡੀ ਬੜੀ ਪੀਕ ਕੱਟੀ ਆ ਸੀ ਇਹ ਜਿਹੜਾ ਸਨੌਰ ਸੀ ਹਾਂਜੀ ਇਹਦੇ ਆਲੇ ਦੁਆਲੇ ਵੀ ਕੋਈ ਇਲਾਕਿਆਂ ਦੇ ਨਾਂ ਯਾਦ ਨੇ ਤੁਹਾਨੂੰ ਜਿਵੇਂ ਇਹਦੇ ਨਾਲ ਇਸ ਤਰ੍ਹਾਂ ਕੰਮ ਹੋ ਕੀ ਇਸ ਤਰ੍ਹਾਂ ਹੋਰ ਜਿਹੜੇ ਨੇ ਮਸੀਂਗਣ ਫਤਿਹਪੁਰ ਦਦੇੜੀਆਂ ਖੁੱਡਾ ਅੱਛਾ ਅਤੇ ਖਿਆਸਾਂ ਅੱਛਾ
अच्छा जिहड़ा तुसीं पटियाले तो लैके लाहौर तक सफ़र किया वह भुखम भाने फिर गुजरिया बस जी भुखम भाने जिहदे कोल कोई शै है सी वह खा लैंदा सी नहीं देना सी अच्छा ਅਸੀਂ ਭੁੱਖਾ ਪਾ ਹਰ ਟਾਈਮ ਡਰ ਰਹਿਣਾ ਕਿ ਜੱਥਾ ਪੈ ਜਾਣਾ ਜਗ੍ਹਾ ਪੈ ਜਾਣਾ ਡਰ ਰਹਿੰਦੇ ਸੀ ਹੱਥ ਕਿ ਕਿਉਂ ਨਾ ਕੋਲ ਕੁਹਾੜੀਆਂ ਬੱਲਮਾਂ ਤਲਵਾਰਾਂ ਸਾਡੇ ਕੋਲ ਇੰਨਾ ਸੋਟਾ ਵੀ ਰਹਿਣ ਦਿੰਦੇ ਸੀ ਤੁਹਾਡੇ ਕੋਲ ਕਿੰਨੇ ਲਏ ਸੋਟੇ ਹਕੂਮਤ ਫੌਜੀਆਂ ਨੇ ਉਹਨਾਂ ਦੀ ਫੌਜ ਨਿਹੱਤੇ ਕਰਤਾ ਖਾਲੀ ਬਿਲਕੁਲ ਸਾਨੂੰ ਖਾਲੀ ਕਰਕੇ ਰੱਖਦੇ ਸੀ ਅਤੇ ਉਹਨਾਂ ਕੋਲ ਉਹਨਾਂ ਕੋਲ ਤਲਵਾਰਾਂ ਬੱਲਮਾਂ ਕੁਹਾੜੀਆਂ ਹਰ ਚੀਜ਼ ਹੁੰਦੀ ਸੀ ਉਹਨਾਂ ਕੋਲ ਤੁਹਾਨੂੰ ਖਾਲੀ ਕਰਤਾ ਸਾਨੂੰ ਉਹਨਾਂ ਨੇ ਖਾਲੀ ਕਰ ਦਿੱਤਾ ਜਿਵੇਂ ਬਿੱਲੀ ਅੱਗੇ ਕਬੂਤਰ ਨਹੀਂ ਬਹਿ ਜਾਂਦਾ ਅੱਖਾਂ ਬੰਦ ਕਰਕੇ ਇੰਝ ਹੋ ਗਿਆ ਹੁਣ ਬਹਿਣਾ ਪੈਂਦਾ ਸੀ ਤੁਹਾਨੂੰ ਬਹਿਣਾ ਸਾਨੂੰ ਪੈਂਦਾ ਸੀ ਇਸ ਕਰਕੇ ਕਿ ਸਾਡੇ ਕੋਲ ਹਥਿਆਰ ਕੋਈ ਨਹੀਂ ਸੀ ਉਹਨਾਂ ਕੋਲ ਹਥਿਆਰ ਸਨ ਅਤੇ ਜੇ ਹਥਿਆਰ ਹੁੰਦੇ ਤਾਂ ਫਿਰ ਤਾਂ ਤੁਸੀਂ ਮੁਕਾਬਲਾ ਕਰਦੇ ਫਿਰ ਤਾਂ ਅਸੀਂ ਪੂਰਾ ਮੁਕਾਬਲਾ ਕਰਦੇ ਮਗਰ ਜਦੋਂ ਚੀਜ਼ ਹੀ ਕੋਈ ਨਾ ਰੱਖੀ ਹੋਵੇ ਮੈਂ ਬਿਲਕੁਲ ਬੁੱਢਾ ਹੈ ਤੂੰ ਜਵਾਨ ਹੈ ਤੇਰੇ ਹੱਥ ਵਿੱਚ ਕੁਝ ਮੇਰੇ ਕੋਲ ਸੋਟਾ ਹੈ ਜਦੋਂ ਤੂੰ ਮੇਰੇ ਕੋਲ ਆਵੇ ਮੈਂ ਤੈਨੂੰ ਛੱਡ ਦੇਣੀ ਹੈ ਕੁਛ ਨਾ ਕੁਛ ਹੋਏਗਾ ਨਾ ਕੀ ਕਰ ਲੇਗਾ ਤੂੰ ਮੇਰਾ ਜਦੋਂ ਇੱਕ ਦੋ ਸੋਟਾ ਮਾਰ ਦਿੱਤਾ ਕੁਛ ਵੀ ਨਹੀਂ ਕਰ ਸਕਦਾ ਜਦੋਂ ਸਾਡੇ ਕੋਲ ਰਹਿਣਾ ਹੀ ਕੁਛ ਨਹੀਂ ਦਿੱਤਾ ਉਹਨਾਂ ਨੇ ਤੇ ਤੁਹਾਨੂੰ ਉਦੋਂ ਪਤਾ ਸੀ ਵੀ ਪੱਕੇ ਹੀ ਚੱਲੇ ਜਾਂ ਦੋ ਚਾਰ ਦਿਨ ਦਾ ਰੌਲਾ ਤੇ ਆ ਜਾਣਾ ਇਹ ਹਾਲ ਸੀ ਕਿ ਅਸੀਂ ਵਾਪਸ ਆ ਜਾਣਾ ਅੱਛਾ ਇਹ ਨਹੀਂ ਪਤਾ ਪੱਕੇ ਚੱਲੇ ਇਹ ਨਹੀਂ ਪਤਾ ਸੀ ਵੀ ਪੱਕੇ ਚੱਲੇ ਨਾ ਦੋ ਚਾਰ ਦਿਨ ਦਾ ਰੌਲਾ ਉੱਥੋਂ ਫਿਰ ਜਿਵੇਂ ਗੱਡੀ ਬੜੀ ਹੈ ਹਾਂਜੀ ਸਾਡੀ 72 ਡੱਬੇ ਅੱਛਾ ਜੀ ਫਿਰ ਇੱਥੇ ਇੱਕ ਕੰਮ ਹੋਈ ਗੱਡੀ ਵੱਡੀ ਹੈ ਅੱਛਾ ਪਹਿਲਾਂ ਉੱਥੇ ਗੱਡੀ ਵੱਡੀ ਗਈ ਸਾਡੀ ਗੱਡੀ ਵੱਡੀ ਗਈ ਦੋ ਕਾਫਲੇ ਵੱਡੇ ਗਏ ਅੱਛਾ ਫਿਰ ਮੁੜ ਕੇ ਇੱਥੇ ਗੱਡੀ ਵੱਡੀ ਕੰਮ ਹੋ ਗਈ ਇੱਕ ਫੈਸਲਾਬਾਦ ਜਿਹੜੇ ਬਾਬਾ ਤੁੱਕ ਵੱਡ ਕੀਤੀ ਉਦੋਂ ਝੰਗ ਮੰਗਿਆਣੇ ਕੀਤੀ ਫਿਰ ਸਾਨੂੰ ਖਿਲਾਰ ਪੈ ਗਈ ਹੈ ਇੱਧਰ ਵੀ ਵੱਢ ਟੁੱਕ ਸ਼ੁਰੂ ਹੋ ਗਈ ਉੱਧਰ ਵੀ ਹੋ ਗਈ ਜਦੋਂ ਸਾਨੂੰ ਸ਼ੁਰੂ ਹੋ ਗਈ ਨਾ ਹਾਂ ਉਦੋਂ ਫਿਰ ਇਹਨਾਂ ਮੁਸਲਮਾਨਾਂ ਨੇ ਸਿਰ ਚੁੱਕਿਆ ਹੈ ਇੱਧਰ ਕਿ ਉਹ ਇੰਨੀ ਮਰ ਗਿਆ ਸੀ ਸਾਡੇ ਭਰਾ ਮਾਰਦੇ ਨੇ ਪੈ ਉਹ ਅਤੇ ਅਸੀਂ ਇੰਨੀ ਮਰ ਗਏ ਫਿਰ ਇਹਨਾਂ ਆਪਣਾ ਸਿਰ ਚੁੱਕਿਆ ਜੀ ਉਂਝ ਜੀ ਬਜ਼ੁਰਗੋ ਵਕਤ ਹੀ ਬੁਰਾ ਸੀ ਉਦੋਂ ਕਿ ਨਾ ਤਾਂ ਮੁਸਲਮਾਨਾਂ ਨੇ ਸਿੱਖਾਂ ਨੂੰ ਵੱਢਿਆ ਨਾ ਸਿੱਖਾਂ ਨੇ ਮੁਸਲਮਾਨਾਂ ਨੂੰ ਵੱਢਿਆ ਜਿਹੜੇ ਵੱਢਣ ਵਾਲੇ ਲੋਕ ਸਨ ਨਾ ਉਹ ਇਨਸਾਨ ਨਹੀਂ ਸਨ ਉਹ ਇਨਸਾਨ ਨਹੀਂ ਸਨ ਉਹਨਾਂ ਦਾ ਕੋਈ ਮਜ਼ਹਬ ਨਹੀਂ ਸੀ ਉਹ ਦਰਿੰਦੇ ਬਣ ਗਏ ਸਨ ਉਦੋਂ ਦਰਿੰਦੇ ਸਿੱਖ ਦਰਿੰਦੇ ਬਣ ਗਏ ਸੀ ਉਦੋਂ ਬੱਚੇ ਜਿਹੜੇ ਮਹੀਨੇ ਦਾ ਸਵਾ ਮਹੀਨੇ ਦਾ ਦੋ ਮਹੀਨੇ ਦਾ ਅੰਜ ਢਿੱਡ ਦੇ ਵਿੱਚ ਬੱਲਮ ਮਾਰੀਆ ਉੱਥੇ ਤੰਗ ਦਿੱਤਾ ਹੈ ਓਏ ਕਰਾਮਤ ਨੂੰ ਪਾਕਿਸਤਾਨ ਉਹ ਤੜਫ ਕੇ ਉੱਥੇ ਮਰਿਆ ਵੀ ਆਈ ਬੱਲਮ ਦੇ ਉਹ ਤੈਨੂੰ ਘਲਾਈਏ ਪਾਕਿਸਤਾਨ ਇਸ ਤਰ੍ਹਾਂ ਦੇ ਹਾਲ ਬੀਬੀਆਂ ਦੁੱਧੀਆਂ ਵੱਢ ਛੱਡੀਆਂ ਕੰਨ ਕੱਟੇ ਗਏ ਗੁੱਟ ਕੱਟੇ ਗਏ ਜਾਨਵਰਾਂ ਵਾਲਾ ਹੀ ਕੰਮ ਸੀ ਜਿਹੜੇ ਬੰਦੇ ਵੱਢ ਮਟਈਆ ਕਰ ਰਹੇ ਹਨ ਬੜੇ ਇਹ ਜਿਹੜੇ ਹਿੰਦੂ ਸਨ ਨਾ ਸਿੱਖ ਇਹ ਮੁੜਦੇ ਨਹੀਂ ਸਨ ਇਹ ਮੁੜਦੇ ਨਹੀਂ ਫਿਰ ਲਾਹੌਰ ਤੁਸੀਂ ਪਹੁੰਚ ਗਏ ਫਿਰ ਲਾਹੌਰ ਪਹੁੰਚੇ ਲਾਹੌਰ ਕੈਂਪ ਵੀ ਲੱਗਾ ਸੀ ਕੋਈ ਆਹੋ ਕੈਂਪ ਲੱਗਿਆ ਬਸੀ ਕਿੱਥੇ ਇਹ ਕੈਂਪ ਲੱਗਿਆ ਸੀ ਜਿੱਥੇ ਜੀ ਹੁਣ ਗੁਲਬਰਗ ਹੈ ਅੱਛਾ ਉੱਥੇ ਲੱਗਿਆ ਉੱਥੇ ਲੱਗਿਆ ਸੀ ਅਤੇ ਕਿੰਨੀ ਕੁ ਦੁਨੀਆ ਸੀ ਕੈਂਪ 'ਚ ਉਹ ਤਾਂ ਦੁਨੀਆ ਬੇਬਾਕ ਸੀ ਕੋਈ ਇੱਕ ਪਾਸੇ ਕੋਈ ਅਸੀਂ ਤਾਂ ਨਹੀਂ ਆਏ ਸੀ ਹੋਰ ਵੀ ਹੈ ਸਨ ਲੋਕ ਅੱਛਾ ਉੱਥੋਂ ਫਿਰ ਕੋਈ ਕਿਤੇ ਨੂੰ ਜਾਣ ਦਿਆ ਕੋਈ ਕਿਤੇ ਨੂੰ ਜਾਣ ਦਿਆ ਕੋਈ ਕਿਤੇ ਨੂੰ ਜਾਣ ਦਿਆ ਜੀ ਰੋਟੀ ਪਾਣੀ ਦਾ ਕੈਂਪ 'ਚ ਕੀ ਇੰਤਜ਼ਾਮ ਸੀ ਕੁਝ ਕਿਸੇ ਨੂੰ ਮਿਲ ਜਾਂਦੀ ਸੀ ਕਿਸੇ ਨੂੰ ਨਹੀਂ ਮਿਲਦੀ ਸੀ ਅਤੇ ਕੈਂਪ 'ਚ ਕੋਈ ਬਿਮਾਰੀ ਤਾਂ ਨਹੀਂ ਸੀ ਨਹੀਂ ਉਹ ਮੇਰੇ ਮਾਲਕ ਦਾ ਬਿਲਕੁਲ ਕਰਮ ਰਿਹਾ ਅੱਲਾਹ ਦਾ ਬੜਾ ਕਰਮ ਰਿਹਾ ਕੋਈ ਬਿਮਾਰੀ ਕੋਈ ਕਿਸੇ ਕਿਸਮ ਦੀ ਕਿੰਨੇ ਦਿਨ ਰਹੇ ਫਿਰ ਕੈਂਪ 'ਚ ਕੈਂਪ ਜੀ ਅਸੀਂ ਸਾਰੇ 5 ਦਿਨ ਰਹੇ ਨੇ ਉੱਥੋਂ ਫਿਰ ਅਸੀਂ ਟੁੱਕਿਆ ਝੰਗ ਅੱਛਾ ਉੱਥੋਂ ਝੰਗ ਨੂੰ ਉਹਨਾਂ ਨੇ ਟੋੜਤਾ ਝੰਗ ਟੁੱਟ ਗਏ ਝੰਗ ਟੁੱਟ ਜਾਂਦਾ ਝੰਗ ਅਸੀਂ ਰਹੇ 3 ਸਾਲ ਕਿਹੜੀ ਜਗ੍ਹਾ 'ਤੇ ਝੰਗ ਧੁੱਪ ਚੜੀ ਧੁੱਪ ਸੜੀ ਝੰਗ 'ਚ 3 ਸਾਲ ਰਹੇ ਅੱਛਾ ਮੁੜ ਕੇ ਇਹ ਜੇ ਮੇਰੇ ਤਾਏ ਸਰ ਤੀ ਨਹੀਂ ਇਹ ਇੱਥੇ ਸੀ ਲਾਦੀਆ ਦੀ ਇਹ ਕੰਮ ਹੋ ਗਏ ਨਹੀਂ ਇਸ ਪਿੰਡ 'ਚ ਅੱਛਾ ਲੱਖੀਏ 'ਚ ਲੱਖੀਏ 'ਚ ਅੱਛਾ ਇਹਨਾਂ ਨੂੰ ਪਤਾ ਲੱਗਿਆ ਇਹ ਫਿਰ ਜਾ ਕੇ ਸਾਨੂੰ ਲੈ ਮਤਲਬ ਕਿ ਰਿਸ਼ਤੇਦਾਰ ਵੀ ਰਿਸ਼ਤੇਦਾਰਾਂ ਤੋਂ ਵਿਛੜ ਗਏ ਕੋਈ ਖੱਤ ਪੱਤਰ ਦਿੱਤੇ ਕੋਈ ਰਿਹਾ ਹੀ ਨਹੀਂ ਨਾ ਕੋਈ ਨਾ ਮਤਲਬ ਬੰਦੇ ਦਾ ਕੋਈ ਘਰ ਹੀ ਨਹੀਂ ਜਦੋਂ ਰਿਹਾ ਉੱਜੜ ਗਏ ਉੱਜੜ ਗਿਆ ਕੋਈ ਕਿਸੇ ਕਾਫਲੇ ਜਾ ਕੋਈ ਕਿਸੇ ਕਾਫਲੇ ਜਾ ਕੋਈ ਕਿਸੇ ਕਾਫਲੇ ਇੱਥੇ ਕਦੋਂ ਆਏ ਫਿਰ ਲੱਖੀਏ
लगे तीन साल ना चार बाद आए थे। अच्छा, तो जो उतों आ गए तुम इतने आ गए सैटलमेंट हो गए, कदे सुते पे अपने पिंड गए हो कि नहीं खाब च? बाबा जी सुते पे कि सन जिन्हें हूँ भी तुम गल कर रहे ना वो पासा बिल्कुल उस तरह नज़र आ रहा। पूरी फिल्म नज़र आ रही पिंड। इस तरह साढ़े ना ये होया इतने होया इतने होया सारी फिल्म चल रही है मसिंगर के बिच। बंदा बड़ा अराई चौबर आला सी रफलां भी दो कोल सन मसिंगर पिंड का। मसिंगर अच्छा चबाड़े च बैठा है वो आंदा तुरे चलो तुसी मैं सिखा नु आपे डक्का सिख साडे उत्ते जड़े सी। अच्छा वो चबाड़े दे बह गया। वो चबाड़े बह गया रफल लै के। अच्छा मगर उन्हें सानू काफले पूरे चाहता से कले बने वो की ना सी और आई दा ए नहीं पता जी। अच्छा वो साडे जा को हट बसी दा। अच्छा उन्हें लगाया तो उन्हें फिर सानू लगाया तो तक अज भी याद है। अज भी याद है मतलब के वो इन्ना हो गया फर्क जिन्ना है तो गुजरा है 73-74 साल हो गए ने। आहो जी जेड़ी तुम्हारे ना दुख होया वो भी थोड़ी याद है। बिल्कुल उदे जाए सुख आया वो भी याद है। अच्छी बुरी जेड़ी गल्ला हुई ने सब कुछ सामने पूरी फिल्म है। जेड़ा तुम्हारा महला सी हाँ जी की नाम दस्सिया कांसी वाला ओदे च दुकाना किन्ना दियां सन? दुकाना हिंदुआं दी ज्यादा सी। दुकान याद है दुकान जेड़े ना हिंदू खतरी दुकान खतरी बोलते सी। अच्छा जी अपना पैसा सी जेड़ा ना ये जिमीदार सी। ठीक जेड़ा तुहाडा दादा जी सन तुहाडे बाप सन उन्हां दी कोई सिखा हिंदुआं दे नाल बैन करून हुंदा सी वरतो वरतान? वरतुहार नहीं उहदा खाणा पीणा नहीं सी। अच्छा उहदा सलांदवाल सी। ਉਹ ਕਿਸੇ ਦਾ ਕੋਈ ਸਿਰ ਕੱਢਵਾ ਜਿਹੜਾ ਬੰਦਾ ਸੀ ਉੱਥੇ ਤੁਹਾਡੇ ਮਹੱਲੇ 'ਚ ਕੋਈ ਨਾਂ ਯਾਦ ਹੈ? ਆਹੋ ਜੀ ਕੀ ਨਾਂ ਸੀ? ਮੈਂ ਉਹਦੇ ਘਰ ਵੀ ਚਲਾ ਜਾਂਦਾ ਰਿਹਾ ਸੀ। ਹੈ ਮੈਂ ਉਹਦੇ ਘਰ ਵੀ ਜਾਂਦਾ ਰਿਹਾ ਹਾਂ। ਅੱਛਾ ਉਹ ਜਿਹੜੇ ਸਰਦਾਰ ਸਨ ਸਿੱਖ ਹਾਂ ਉਹਨਾਂ ਦੇ ਘਰ ਵੀ ਜਾਂਦਾ ਰਿਹਾ। ਘਰ ਕਿੱਥੇ ਸੀ? ਉਹ ਸਾਡੇ ਹਟਮਾ ਸੀ ਜੇ ਮੈਂ ਜਾਣਾ ਚੁੱਲ੍ਹੇ 'ਤੇ ਚੜ੍ਹ ਜਾਣਾ ਮੈਂ ਟੁੱਟ ਮਰ ਜਾ ਮੈਂ ਮਰ ਜਾਣਾ ਮੈਂ ਸਾਡਾ ਚੁੱਲ੍ਹਾ ਚੌਕਾ ਤੂੰ ਭਿੱਟ ਛੱਡਿਆ ਨਿਪੁਰ ਜਾਈਏ ਤੇ ਤੂੰ ਨਹੀਂ ਭਿੱਟਿਆ ਚੌਕੇ ਤੂੰ ਨਹੀਂ ਟੁੱਟ ਮਰ ਲੈਣਾ ਹੋਵੇ ਤੇ ਪ੍ਰਤਾਪ ਸਿੰਘ ਜਿਹਨੇ ਨਾਲ ਘੁਲਿਆ ਸੀ ਜਿਹਨੇ ਆਪ ਮੰਗਿਆ ਸੀ ਜਿਹਨੇ ਨਾਲ ਮਾਂ ਨੇ ਆਖਿਆ ਪੁੱਤਰੇ ਦੇ ਨਾਲ ਨਾ ਘੁਲ ਮੈਂ ਆਖਿਆ ਮੈਂ ਹੱਥ ਜੋੜੀ ਪਾਉਣੀ ਹੈ ਮਾਂ ਬਖਸ਼ ਪਟਿਆਲੇ ਦਾ ਜਿਹੜਾ ਆਪਣਾ ਪਿੰਡ ਸਨੌਰ ਸੀ ਉੱਥੇ ਕੋਈ ਮੇਲਾ ਮੂਲਾ ਵੀ ਲੱਗਦਾ ਸੀ ਮੇਲੇ ਛੋਟੇ ਛੋਟੇ ਲੱਗਦੇ ਸੀ ਕਿੱਥੇ ਉੱਥੇ ਪਾਲੀ ਸਾਈਡ ਸੀ ਅੱਛਾ ਪਿੰਡ ਦੇ ਵਿੱਚ ਪਿੰਡ ਤੁਸੀਂ ਵੀ ਕਦੇ ਗਏ ਹੋ ਕਿ ਨਹੀਂ ਮੇਲਾ ਵੇਖਣ ਬਹੁਤ ਚ
ਘੁਲਣਾ ਇਹਦੇ ਨਾਲ। ਅੱਛਾ, ਹੱਥ ਜੋੜੀ ਕਰ ਦਿੱਤੀ। ਅੱਛਾ ਜੀ, ਮੈਦਾਨ 'ਚ ਆ ਗਏ। ਹਾਂ, ਅਮਾਮ ਬਖਸ਼ ਮਾਰੀ ਠਿੱਬੀ। ਅੱਛਾ, ਇੰਨੀ ਦੂਰ ਜਾ ਪਿਆ ਜਿੰਨ ਮਾਰ ਧਿਆਨ ਕੀਤਾ, ਮੈਂ ਦੇਹ ਪਲਟਾ ਲਿਆ। ਮੈਂ ਆਉਂਦੀ ਮੈਂ ਦੁੱਧ ਨਾਲ ਬਖਸ਼ਾਂਗੀ ਤੈਨੂੰ, ਤੇਰਾ ਕੀ ਕੰਮ ਹੈ ਹੁਣ ਤੂੰ ਦੇਹ ਪਲਟਾਉਣਾ? ਮੰਗਿਆ ਤੂੰ ਹੈ ਹੁਣ ਤਕੜਾ ਹੋ। ਅੱਛਾ, ਆਇਆ ਮਾਰਾ ਡੰਡ ਰੱਖ ਕੇ ਇੰਨੀ ਦੂਰ ਚਲੇ ਗਿਆ, ਅਖੀਰ ਮੈਦਾਨ 'ਚੋਂ ਨਿਕਲ ਗਿਆ। ਨਿਕਲ ਗਿਆ ਜਿੰਨ ਨਿਕਲ ਗਿਆ ਮਾਂ ਬਖਸ਼ ਦੇ ਵਿੱਚ ਕੋਈ ਥੋੜ੍ਹੀ ਤਾਕਤ ਸੀ ਦੁਨੀਆਂ ਦੇ ਉੱਤੇ? ਮੰਨਿਆ ਤੇ ਤੈਨੂੰ ਮੰਨਿਆ ਪਲਵਾਨ ਸੀ। ਉੱਥੇ ਬੀਬੀਆਂ ਆਪਣੇ ਘਰ
या तेज चाड़ना वो माड़िया मुठिया गाँदिया गुंदिया सन आनी नहीं ते व्याह में की रिवाज होंगे सन जिमें हूँ ब्याह ने उदों के व्याह की फर्क है बड़ा फर्क है जी दसो हम देसी घ्यो चलने अच्छा। दाल तो चौल अबालने घ्यो खुला ही हूँ घ्यो खुला लोटिया च पा के जिन्ना मर्जी पियो पी जाते अद्धा किलो कहीं पी जाते मैं किलो पीना जी किलो पीते किलो किलो भी कहना दिन दिता रहा इतने आ गया किलो पीता रहा मैं खर्चे भी इस तरह होंगे ब्याह जिम्मे होते नहीं इत तो अन्नी पिसन दे कुत्ता चटन दे आया सुटी जाते नोट उदो आते जरा इन्हें गेरना है ना रुपये वो किसी मजीद नहीं दबो किसी गरीब नहीं दबो किसी बच्ची ठा लो जे असी गल करिए प्यार मुहब्बत एहसास की वक्त वो चंगा सी या अज चंगा गल है जोड़ा वो वक्त सी वो कुछ होर सी इतने का वक्त कुछ हो उत्थे दे भरा भरा नूं समझदे सी मां मां नूं समझदे सी प्यो प्यो नूं समझदे सी जे किसे दा तेरा प्यो है मैं अपना भी आखना मेरा भी प्यो है भैया जे किसे दी धी भैण है किसे हिंदू दी धी भैण है अच्छा जी हाँ उहदा भी पूरा इज्जत मान पूरा कुंदन पौर हुंदा सी डाकू बड़ा वड्डा की नाम सी कुंदन 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 ये कित्थों दा सी ये पारले पासे साडे पिंड सी इक उस पिंड दा सी अच्छा जी ਇਹਦਾ ਕੰਮ ਸੀ ਡਾਕਾ ਮਾਰਨਾ ਮਾਰਨਾ ਕਿ ਵੱਡੀ ਹਸਤੀ ਨੂੰ ਵੱਡੇ ਘਰ 'ਚ ਡਾਕਾ ਪਾਉਣਾ ਮਾਰਨਾ ਛੋਟੇ ਨੂੰ ਨਹੀਂ ਠੀਕ ਜੇ ਕਿਸੇ ਨੇ ਆਖਿਆ ਮਿਲ ਗਿਆ ਅਜੀ ਸਰਕਾਰ ਬੱਚੀ ਵਿਆਹਣ ਵਾਲੀ ਹੈ ਉਹ ਬਈ ਦਿਨ ਰੱਖ ਅੱਛਾ ਅਤੇ ਮੈਂ ਤੈਨੂੰ ਤੀਜੇ ਚੌਥੇ ਦਿਨ ਨੂੰ ਆਵਾਂਗਾ ਅਤੇ ਮੈਨੂੰ ਦੱਸੀ ਵੀ ਅੱਛਾ ਗਿਆ ਹੀ ਹਾਂ ਬਾਈ ਰੱਖ ਲਈ ਤੇ ਕਿੰਨਾ ਖਰਚਾ ਆ ਪਿਆ ਇੰਨਾ ਖਰਚਾ ਆ ਪਿਆ ਪਰਸੋਂ ਪੈਸੇ ਆ ਜੀ अच्छा डाके मारने वे लोगों के घर तो गरीबों पैसे दे गरीबा दे जगह वो कम बीड़ हों सनौरा बीड़ जरा सनौरा हाँ जी वो छे सत्त मरबे के बीच रुख होंगे सी दरख्त लगे दरख्त लगे सर बड़े बड़े घा बूट उगले वो सौन पा दिन डंगर छड़ने अच्छा वो खूह क्ढा बस उत्थे रहिंदा सी अच्छा उत्थे रहिंदा सी लुक के बड़ी दफा पुलिस पई उन्हें आख्या ना मतलब असी गल कर रहे सां सास दी प्यार मुहब्बत दी तुहाडा कहना है कि वह वक्त ठीक सी उस वक्त बाद वो जो ये प्यो नूं प्यो समझदे सी मां नूं मां समझदे सी भरा नूं भरा समझदे सी ते हुण अज भरा नूं भरा इक जायदाद पिछे मार दिंदा है गल ठीक है तुहाडी मतलब जमीन पिछे कई वाकयात होंगे ने कि सके भरा सका प्रा। सका भरा मार दिता है हाँ जी उत्थे ये काम नहीं सी एहसास सी एक दूजे जरा तकलीफ हुई है दौड़िया जाना मेरे भरा की होया मेरे भरा की होया मेरी वीर नहीं चीज़ हूँ ये चीज़ है जी हूँ कोई कोई है ਜਿਹੜੇ ਤੁਹਾਡੇ ਪਿੰਡ ਦੇ ਦੇ ਸ਼ਹਿਰ ਦੇ ਸਨੌਰ ਦੇ ਦੂਸਰੇ ਮਹੱਲੇ ਸਨ ਉੱਧਰ ਵੀ ਤੁਹਾਡੇ ਰਿਸ਼ਤੇਦਾਰੀਆਂ ਹੈਗੀਆਂ ਸਨ ਨਹੀਂ ਤੁਹਾਡੇ ਨਾਨਕੇ ਕਿੱਥੇ ਸਨ ਉੱਥੇ ਸਨ ਸਨੌਰ ਸੀ ਸਨੌਰ ਸੀ ਅਤੇ ਹੋਰ ਕੋਈ ਫੁੱਫੀ ਵਗੈਰਾ ਉਹ ਵੀ ਉੱਥੇ ਇੱਕ ਫੁੱਫੀ ਉਹ ਵੀ ਉੱਥੇ ਸੀ ਅਤੇ ਬਾਹਰ ਕਿਸੇ ਹੋਰ ਪਿੰਡ 'ਚ ਰਿਸ਼ਤੇਦਾਰ ਨਹੀਂ ਹੋਰ ਪਿੰਡ 'ਚ ਕੋਈ ਨਹੀਂ ਅੱਛਾ ਠੀਕ ਹੈ ਅਤੇ ਤੁਹਾਡੇ ਸਨੌਰ 'ਚ ਵੱਡੀ ਕਿਹੜੀ ਕਿਹੜੀ ਬਰਾਦਰੀਆਂ ਸਨ ਮੁਸਲਮਾਨਾਂ ਦੀਆਂ ਇੱਕ ਤਾਂ ਰਾਈ ਹੋ ਗਏ ਵੱਡੀਆਂ ਬਰਾਦਰੀਆਂ ਇੱਕ ਮਹਾਂਦੂਗੇ ਸਨ ਇੱਕ ਝੰਡੋ ਵਾਲੇ ਸਨ ਇੱਕ ਚੌਧਰੀ ਉਹ ਮੇਰੇ ਦਿਮਾਗ 'ਚ ਫਿਰ ਨਹੀਂ ਹੋਇਆ ਚੌਧਰੀ ਗੁਲਾਮ ਮੰਗ ਦੇ ਇਹ ਤਾਂ ਖਾਨਦਾਨ ਹੋ ਗਏ ਨਾ ਮੈਂ ਬਰਾਦਰੀ ਇਹ ਵੱਡੇ ਹੋਏ ਜੀ ਖਾਨਦਾਨ ਮੈਂ ਬਰਾਦਰੀ ਪੁੱਛ ਰਿਹਾ ਕਿ ਇੱਕ ਤਾਂ ਹੋ ਗਈ ਰਾਈਆਂ ਦੀ ਰਾਈਆਂ ਦੂਜੇ ਕੌਣ ਸਨ ਵੱਡੇ ਰਾਜਪੂਤ ਵੀ ਹੈ ਸਨ ਰਾਜਪੂਤ ਵੀ ਹੈ ਸਨ ਉਹ ਵੀ ਵੱਡੇ ਸਨ ਉਹਨਾਂ 'ਚੋਂ ਕੌਣ ਸੀ ਕੋਈ ਕਿਸੇ ਦਾ ਪਤਾ ਨਾ ਯਾਦ ਗੁਲਾਮ ਹਾਂ ਗੁਲਾਮ ਮੰਗੇ ਝਾਫੇ ਇਹ ਰਾਜਪੂਤਾਂ 'ਚੋਂ ਗੁਲਾਮ ਮੁਹੰਮਦ ਸੀ ਜੇ ਰਾਜਪੂਤ ਆਏ ਨੇ ਉੱਧਰੋਂ ਇਹ ਸਾਰੇ ਉੱਧਰ ਦੇ ਰਾਜਪੂਤ ਇੱਧਰ ਤਾਂ ਰਾਜਪੂਤ ਕੋਈ ਨਹੀਂ ਡਾ ਅੱਛਾ ਉੱਧਰੋਂ ਹੀ ਆਏ ਨੇ ਮਾਝੇ ਇਹ ਸਭ ਮਾਝੇ ਨੇ ਜਿਹੜੇ ਆਪਣੇ ਸਨੌਰ ਦੇ ਅਰਾਈ ਸਨ ਹਾਂਜੀ ਉਹ ਕਿੱਥੇ ਕਿੱਥੇ ਬੈਠੇ ਨੇ ਉਹਨਾਂ ਦਾ ਕੋਈ ਛੱਟਾ ਆ ਗਿਆ
ਮਤਲਬ ਛੱਟਾ ਵੱਜ ਗਿਆ ਪੂਰਾ ਛੱਟਾ ਵੱਜ ਇੱਧਰ ਕੋ ਡਿੱਗ ਗਿਆ ਡਿੱਗ ਗਿਆ ਉਹ ਤੁਹਾਨੂੰ ਕੀ ਪਤਾ ਕਿ ਕਿੱਥੋਂ ਕਿੱਥੇ ਰਹਿੰਦੇ ਨੇ ਝੰਗ ਬੈਠੇ ਨੇ ਅੱਛਾ ਗੁਜਰਾਤ ਬੈਠੇ ਨੇ ਕਿੱਥੇ ਬੈਠੇ ਨੇ ਸ਼ਹਿਰ ਚ ਕਿ ਕਿਸੇ ਪਿੰਡ ਚ ਗੱਖੜ ਅੱਛਾ ਗੱਖੜ ਵੀ ਬੈਠੇ ਨੇ ਗੱਖੜ ਵੀ ਬੈਠੇ ਸਨੌਰ ਦੇ ਰਾਈ ਹਾਂ ਅੱਛਾ ਤੇ ਤੇਰੇ ਗੁਰਾਂ 'ਚ ਬੈਠੇ ਆ ਤੇਰੇ ਲਾਹੌਰ 'ਚ ਬੈਠੇ ਬੇਬ ਆ ਕੰਮ ਹੋ ਗਏ ਜੋ ਬੇਬ ਆਈ ਹੈ ਨਾ ਇਹ ਜਿਹੜਾ ਲੱਖੀਆ ਪਿੰਡ ਇੱਥੇ ਸਾਰੇ ਸਨੌਰ ਦੇ ਨੇ ਨਹੀਂ ਅੰਮ੍ਰਿਤਸਰੀ ਵੀ ਹੈ ਅੱਛਾ ਕੁਛ ਘਰ ਅੰਮ੍ਰਿਤਸਰ ਦੇ ਅੰਮ੍ਰਿਤਸਰੀ ਇਹ ਕਿੱਡਾ ਕੁ ਵੱਡਾ ਪਿੰਡ ਹੈ ਇਹ ਵੇ ਤੁਸੀਂ ਲਾਗੀ ਆਏ ਨੇ ਹੁਣ 200 ਘਰ ਹੈ ਵੇ ਨਹੀਂ ਜ਼ਿਆਦਾ ਹੈ ਅੱਛਾ ਵੱਡਾ ਪਿੰਡ ਪਿੰਡ ਵੱਡਾ ਪਹਿਲਾਂ ਸੀ ਇੰਨਾ ਕੁ ਆਪਣੀ ਜਿਹੜੀ ਜ਼ਮੀਨ ਸੀ ਜੀ ਉਹ ਫਿਰ ਪੂਰੀ ਪੈ ਗਈ ਸੀ ਇੱਥੇ ਆ ਕੇ ਕਲੇਮ 'ਚ ਨਹੀਂ ਕਿੰਨਾ ਕੁ ਕੱਟ ਲੱਗਿਆ ਜਿਹੜੀ ਆਈ ਹੈ ਉਹ ਆਇਆ ਸਾਨੂੰ ਚੌਥਾ ਹਿੱਸਾ ਪੰਜਵਾਂ ਅੱਛਾ ਤਿੰਨ ਹਿੱਸੇ ਕੱਟ ਲੱਗਿਆ ਅੱਠ ਹਿੱਸੇ ਮਿਲੇ ਅਤੇ ਦੂਸਰਾ ਨੰਬਰ ਜਿਹੜੀ ਨੂਰ ਖੇੜੀਆ ਸੀ ਉਹ ਸਾਡੀ 142 ਕਿੱਲੇ ਅਜੇ ਰਹਿੰਦੀ ਹੈ ਉਹ ਕਿੱਥੇ ਸੀ ਨੂਰ ਖੇੜੀਆਂ ਨਾਲ ਪਿੰਡ ਸੀ ਨੂਰ ਖੇੜੀਆਂ ਜਿਵੇਂ ਕੰਮ ਹੋ ਗਏ ਤਾਂ ਲਿਖਿਆ ਰੱਖ ਲਿਆ ਮਤਲਬ ਕਿ ਉਹ ਤੁਹਾਨੂੰ ਮਿਲਿਆ ਹੀ ਨਹੀਂ ਕਲੇਮ ਕੋਈ ਅੱਛਾ ਅੱਛਾ ਉੱਥੇ ਵੀ ਜਾਂਦੇ ਹੋ ਬਾਈ ਕਰਨ ਨੂਰ ਖੇੜੀ ਆਹੋ ਚਲੇ ਜਾਂਦੇ ਬਾਕੀ ਇਹਨੇ ਠੇਕੇ ਦਈਆਂ ਵੀ ਅਸੀਂ ਕੀ ਉਦੋਂ ਠੇਕਾ ਠੁਕਾ ਕੀ ਚੱਲਦਾ ਠੇਕਾ ਕੋਈ ਵੀ ਬੋਰੀ ਪਾਲੀ ਕਣਕ ਦੀ ਬੋਰੀ ਸਾਲ ਦੀ ਸਾਲ ਦੀ ਉਦੋਂ ਸੋਹਣੀ ਜਿਹੜੀ ਹੈ ਢੱਗਿਆਂ ਦੀ ਜੋੜੀ ਕਿੰਨੇ ਕੁ ਦੀ ਆ ਜਾਂਦੀ ਸੀ ਢੱਗਿਆਂ ਦੀ ਜੋੜੀ ਆ ਜਾਂਦੀ ਸੀ 100 ਰੁਪਏ ਦੀ ਸੋਹਣੀ ਸੋਹਣੀ ਸੌ ਸਵਾ ਸੌ ਦੀ ਅਤੇ ਮੱਝ ਮੱਝ ਵੀ 100 ਸਵਾ ਸੌ ਦੀ ਚੰਗੀ 150 ਦੀ ਇਹ ਕਣਕ ਵਗੈਰਾ ਕਿਵੇਂ ਮਿਲਦੀ ਸੀ ਮਨ 8-9-10 ਅੱਛਾ 8 ਰੁਪਈਏ ਤੋਂ 9 ਰੁਪਈਏ ਤੋਂ ਮਨ ਅਤੇ ਘਿਓ 25 ਰੁਪਈਏ ਕਿਲੋ ਰੁਪਈਏ ਕਿਲੋ ਉਦੋਂ ਦੁੱਧ ਵੀ ਵੇਚਦੇ ਹੋ ਕਿ ਨਹੀਂ ਦੁੱਧ ਪਤਾ ਹੀ ਨਹੀਂ ਸੀ ਵੇਚਣ ਦਾ ਅੱਛਾ ਦੁੱਧ ਦਾ ਪਤਾ ਇਹ ਫਿਰ ਕਦੋਂ ਆ ਕੇ ਵੇਚਣ ਲੱਗੇ ਇਹ ਜੋ ਇੱਥੇ ਆ ਕੇ ਕੰਮ ਚਾਲੂ ਹੋਇਆ ਹੈ ਪਾਕਿਸਤਾਨ 'ਚ ਉੱਥੇ ਨਹੀਂ ਸੀ ਨਹੀਂ ਇੱਥੇ ਵੀ ਆ ਗਏ ਤਕਰੀਬਨ 10 ਸਾਲਾਂ ਬਾਅਦ 10-15 ਸਾਲ ਇੱਥੇ ਵੀ ਨਹੀਂ ਵੇਚਿਆ ਕਹਿੰਦੇ ਹੁੰਦੇ ਸੀ ਜੇ ਦੁੱਧ ਵੇਚ ਦਿੱਤਾ ਉਹਨੇ ਆਪਣਾ ਪੁੱਤਰ ਵੀ ਵੇਚ ਦਿੱਤਾ ਉਦੋਂ ਇਹ ਗੱਲ ਕਰਦੇ ਸੀ ਵੀ ਦੁੱਧ ਪੁੱਤਰ ਇੱਕੋ ਹੀ ਚੀਜ਼ ਹੈ ਅਤੇ ਹੁਣ ਹੁਣ ਤੋਂ ਬਿਆਨ ਆ ਘਰ ਖਾਣ ਨੂੰ ਬਚੇ ਨਾ ਬਚੇ ਕਹਿੰਦੇ ਗੜਵੀ ਪੂਰੀ ਹੋ ਜਾਏ ਪਾ ਦਿਓ ਪਾ ਦਿਓ ਗੜਵੀ ਪੂਰੀ ਹੋ ਜਾਏ